ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਮੂਲ ਮੰਤਰ ਦਿੱਤਾ ਹੈ। ਇੱਕ ਓਂਕਾਰ ਦੀ ਵਿਆਖਿਆ ਮੂਲ ਮੰਤਰ ਦੇ ਵਿੱਚ ਹੈ। ਮੂਲ ਮੰਤਰ ਦੀ ਵਿਆਖਿਆ ਜਪਜੀ ਸਾਹਿਬ ਦੇ ਵਿੱਚ ਹੈ ਅਤੇ ਜਪਜੀ ਸਾਹਿਬ ਦੀ ਵਿਆਖਿਆ ਹੀ ਬਾਕੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜਿੰਨੀ ਬਾਣੀ ਹੈ ਉਹ ਸਾਰੀ ਜਪਜੀ ਸਾਹਿਬ ਦੀ ਹੀ ਵਿਆਖਿਆ ਹੈ। ਸੋ ਸਾਡਾ ਜੋ ਮੂਲ ਹੈ ਉਹ ਜਪਜੀ ਹੈ। ਗੁਰੂ ਨਾਨਕ ਪਾਤਸ਼ਾਹ ਦੇ ਪਵਿੱਤਰ ਮੁੱਖ ਵਾਕ ਤੋਂ ਉਚਾਰਨ ਕੀਤੀ ਹੋਈ ਸਭ ਤੋਂ ਪਹਿਲੀ ਬਾਣੀ ਹੈ ਜਪਜੀ। ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ੁਭ ਆਰੰਭ ਦੇ ਵਿੱਚ ਸਭ ਤੋਂ ਪਹਿਲਾਂ ਬਾਣੀ ਇਹ ਆਉਂਦੀ ਹੈ ਜਪਜੀ। ਸਤਿਕਾਰ ਨਾਲ ਅਸੀਂ ਜਪਜੀ ਸਾਹਿਬ ਬੋਲਦੇ ਹਾਂ। ਜਿੰਨੀ ਵੀ ਕੋਈ ਗੁਰਬਾਣੀ ਦੇ ਅਰਥ ਕਰਦਾ, ਕੋਈ ਵਿਚਾਰ ਪੇਸ਼ ਕਰਦਾ, ਉਹ ਜਪਜੀ ਸਾਹਿਬ ਦੇ ਉੱਤੇ ਜੇਕਰ ਇਹ ਨਹੀਂ ਉੱਤਰਦੇ ਤਾਂ ਉਹਨਾਂ ਨੂੰ ਤੁਸੀਂ ਇਗਨੋਰ ਕਰ ਸਕਦੇ ਹੋ, ਰਿਫਿਊਜ਼ ਕਰ ਸਕਦੇ ਹੋ, ਇਹ ਕੋਈ ਪਾਪ ਨਹੀਂ ਹੈ। ਇਹ ਇੱਕ ਪ੍ਰੋਫੈਸਰ ਹੈ ਦਰਸ਼ਨ ਸਿੰਘ, ਇਹਨੇ ਕਾਫੀ ਪਿੱਛੇ ਰੋਣਾ ਬਰਲਾਪ ਕੀਤਾ ਵੀ ਦੇਖੋ ਜੀ ਇਹ ਕੱਚੀ ਬਾਣੀ ਹੈ, ਜੇ ਹੈ ਵੋ ਹੈ, ਦਸਮ ਗ੍ਰੰਥ ਦੀ ਨਿੰਦਿਆ ਇਹਨੇ ਬਹੁਤ ਸਾਰਾ ਬਖੇੜਾ ਖੜਾ ਕਰਕੇ ਰੱਖਿਆ ਹੋਇਆ ਹੈ। ਗੱਲ ਸਮਝੀ ਜਾ ਸਕਦੀ ਹੈ ਕਿਉਂਕਿ ਉਸ ਟਾਈਮ ਹਿੰਦੂ ਸਿੱਖ ਦੇ ਵਿੱਚ ਪਾੜਾ ਬਹੁਤ ਸੀ ਅਤੇ ਹਿੰਦੂ ਆ ਕੇ ਕਈ ਵਾਰ ਹਿੰਦੂ ਵੀਰ ਕਹਿ ਜਾਂਦੇ ਸੀਗੇ, ਹਰ ਇੱਕ ਦੀ ਫੀਲਿੰਗ ਹਰਟ ਹੋਈ ਆ ਉਸ ਵੇਲੇ ਬਈ ਦੇਖੋ ਰਾਮ ਗੁਰਬਾਣੀ ਵਿੱਚ ਕਿੰਨੀ ਵਾਰ ਆਉਂਦਾ ਹੈ। ਦਸਮ ਗ੍ਰੰਥ ਬਾਰੇ ਵੀ ਕਹਿ ਦਿੰਦੇ ਹੋਣਗੇ, ਦੇਖੋ ਨਾ ਕਾਲੀ ਦੀ ਪੂਜਾ ਕਰਦੇ ਰਹਿੰਦੇ ਗੁਰੂ ਦੇਵ ਜੀ, ਗੁਰੂ ਗੋਬਿੰਦ ਸਿੰਘ ਜੀ, ਅਤੇ ਇਹ ਗੱਲ ਫਿਰ ਸਿੱਖਾਂ ਨੂੰ ਹਜ਼ਮ ਕਰਨੀ ਔਖੀ ਹੋ ਜਾਂਦੀ ਸੀ, ਇਹ ਗੱਲ ਸਮਝੀ ਜਾ ਸਕਦੀ ਹੈ। ਮੈਂ ਵੀ ਜਦੋਂ ਪੜ੍ਹਦਾ ਸੀ ਮੇਰੇ ਨਾਲ ਵੀ ਜਿਹੜੇ ਹਿੰਦੂਆਂ ਦੇ ਮੁੰਡੇ ਸੀ ਉਹ ਮੈਨੂੰ ਕਹਿੰਦੇ ਹੁੰਦੇ ਸੀ ਦੇਖ ਦੇਹ ਸ਼ਿਵਾ ਵਰ ਮੋਹੇ, ਇਹ ਹੈ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਤੁਸੀਂ ਸਿੱਖ ਹਿੰਦੂਆਂ ਦੇ ਖਿਲਾਫ਼ ਕਿਉਂ ਬੋਲਦੇ ਹੋ। ਉਸ ਵੇਲੇ ਵਕਤ ਐਸਾ ਸੀ ਕਿ ਸਟੇਟਮੈਂਟਾਂ ਇੱਦਾਂ ਦੀਆਂ ਲੋਕ ਜਾਰੀ ਕਰ ਦਿੰਦੇ ਸੀ ਅਤੇ ਰਾਮ ਲਫ਼ਜ਼ ਕਿੰਨੀ ਵਾਰ ਆਇਆ ਹੈ ਗੁਰਬਾਣੀ ਦੇ ਵਿੱਚ। ਖੈਰ ਹੁਣ ਉਹ ਬੰਦੇ ਮੇਰੀ ਜ਼ਿੰਦਗੀ 'ਚ ਨਹੀਂ ਰਹੇ, ਪਰ ਮੈਂ ਉਹਨਾਂ ਦਾ ਧੰਨਵਾਦ ਹੀ ਕਰਦਾ ਕਿਉਂਕਿ ਉਹਨਾਂ ਨੇ ਮੈਨੂੰ ਖੋਜ ਕਰਨ ਦੇ ਉੱਤੇ ਗੁਰਬਾਣੀ ਪੜ੍ਹਨ ਦੇ ਉੱਤੇ ਮਜਬੂਰ ਕਰ ਦਿੱਤਾ ਵੀ ਮੈਂ ਵੀ ਦੇਖਾਂ ਵੀ ਦਰਅਸਲ ਗੱਲ ਕੀ ਹੈ। ਇਹ ਜੋ ਮੈਂ ਕਹਿਣੀ ਚਾਹੁੰਦਾ ਕਿ ਜੋ ਰਾਮ ਲਫ਼ਜ਼ ਗੁਰਬਾਣੀ ਵਿੱਚ ਆਇਆ ਹੈ ਉਹਦਾ ਮਤਲਬ ਹੈ ਰਮਿਆ ਹੋਇਆ, ਪਰਮਾਤਮਾ ਨੂੰ ਸੰਬੋਧਨ ਕਰਕੇ ਹੈ, ਨਾ ਕਿ ਦਸ਼ਰਥ ਦੇ ਪੁੱਤਰ ਜਿਹੜਾ ਰਾਜਾ ਰਾਮ ਸੀ। ਗੁਰਬਾਣੀ ਵਿੱਚ ਇਹ ਵੀ ਆਉਂਦਾ ਹੈ ਅਜੂਨੀ, ਜਿਹੜਾ ਜੂਨੀ 'ਚ ਆਇਆ ਕਦੇ ਵੀ ਰੱਬ ਨਹੀਂ ਹੁੰਦਾ, ਅਤੇ ਰਾਮ ਚੰਦਰ ਤਾਂ ਦਸ਼ਰਥ ਰਾਜੇ ਦਾ ਪੁੱਤਰ ਸੀ, ਫਿਰ ਉਹ ਰੱਬ ਕਿੱਦਾਂ ਹੋ ਗਿਆ, ਰੋਵੇ ਰਾਮ ਨਿਕਾਲਾ ਪਿਆ, ਵੀ ਤਾਂ ਗੁਰਬਾਣੀ ਵਿੱਚ ਆਉਂਦਾ, ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਹੈ, ਸੀਤਾ ਲਕਸ਼ਮਣ ਵਿਛੜ ਗਿਆ। ਅਤੇ ਇਹ ਗੱਲਾਂ ਹੁਣ ਮੈਂ ਉਹਨਾਂ ਨੂੰ ਨਹੀਂ ਦੱਸ ਸਕਦਾ, ਪਰ ਮੈਂ ਵੈਸੇ ਇਹ ਗੱਲਾਂ ਹੁਣ ਮੈਨਸ਼ਨ ਕਰਦਾ ਕਿ ਇਹਨਾਂ ਉਹਨਾਂ ਲੋਕਾਂ ਨੇ ਖੋਜਣ 'ਤੇ ਮਜਬੂਰ ਕਰ ਦਿੱਤਾ। ਸ਼ਿਵਾ ਦੀ ਗੱਲ ਜਿਹੜੀ ਹੈ, ਮਹਾਦੇਵ ਕੋ ਕਹਿਤ ਸਦਾ ਸ਼ਿਵ ਨਿਰੰਕਾਰ ਕਾ ਚੀਨਤ ਨਹਿ ਭਿਵ, ਇਹ ਗੱਲ ਚੌਪੀ ਸਾਹਿਬ ਦੇ ਵਿੱਚ ਸਾਫ਼ ਲਿਖੀ ਹੈ ਕਿ ਸਦਾ ਸ਼ਿਵ ਜੋ ਲਫ਼ਜ਼ ਹੈ ਪੁਰਾਣੇ ਪੁਰਾਤਨ ਗ੍ਰੰਥਾਂ ਦੇ ਵਿੱਚ ਹਿੰਦੁਸਤਾਨ ਦਿਆਂ ਵਿੱਚ ਪਰਮਾਤਮਾ ਨੂੰ ਵਰਤਿਆ ਗਿਆ ਹੈ, ਸਦਾ ਸ਼ਿਵ, ਸਦਾ ਸ਼ਿਵ ਤੋਂ ਇਹ ਸ੍ਰਿਸ਼ਟੀ ਦੀ ਰਚਨਾ ਹੋਈ ਹੈ। ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਹਨ ਮੂਰਖ ਲੋਕੋ, ਤੁਸੀਂ ਮਹਾਂਦੇਵ ਨੂੰ ਹੀ ਸਦਾ ਸ਼ਿਵ ਮੰਨੀ ਜਾਂਦੇ ਹੋ, ਤੁਹਾਨੂੰ ਨਿਰੰਕਾਰ ਦਾ ਚਿੱਤ ਚੇਤਾ ਵੀ ਨਹੀਂ ਆਉਂਦਾ। ਮਹਾਂਦੇਵ ਕੋ ਕਹਿਤ ਸਦਾ ਸ਼ਿਵ ਨਿਰੰਕਾਰ ਕਾ ਚੀਨਤ ਨਹਿ ਪਿਓ। ਖੈਰ ਨਾਲ ਇਹ ਵੀ ਗੱਲ ਲਿਖ ਦਿੱਤੀ ਕਿ ਨਰ ਹੈ ਨਾ ਨਾਰ ਹੈ, ਨਾ ਤਾਂ ਪਰਮਾਤਮਾ ਮਰਦ ਹੈ ਨਾ ਔਰਤ ਹੈ। ਹੁਣ ਰਾਮ ਚੰਦਰ ਤਾਂ ਮਰਦ ਸੀ ਅਤੇ ਸ਼ਿਵ ਜੀ ਵੀ ਮਰਦ ਸੀ, ਜਦੋਂ ਗੱਲ ਹੀ ਲਿਖ ਦਿੱਤੀ ਕਿ ਨਰ ਹੈ ਨਾ ਨਾਰ ਹੈ ਨਾ ਚੋਰ ਹੈ, ਕੁਝ ਲੋਕ ਕਹਿੰਦੇ ਹਨ ਮਾਖਣ ਚੋਰ, ਨਾ ਕਹਿੰਦੇ ਚੋਰ ਨਹੀਂ ਹੈ ਨਾ ਸ਼ਾਹ ਹੈ, ਕੁਝ ਲੋਕ ਕਹਿੰਦੇ ਹਨ ਰਾਜਾ ਰਾਮ ਰੱਬ ਸੀ, ਕਹਿੰਦੇ ਨਾ ਰਾਜਾ ਵੀ ਨਹੀਂ ਹੈ ਪਰਮਾਤਮਾ, ਨਾ ਸ਼ਾਹ ਕੁਕਮਾਰ ਹੈ। ਹੁਣ ਰਾਜੇ ਦਾ ਪੁੱਤ ਸੀ ਮਹਾਤਮਾ ਬੁੱਧ, ਕੁਝ ਲੋਕ ਉਹਨੂੰ ਰੱਬ ਮੰਨੀ ਬੈਠੇ ਨੇ, ਉਹ ਕਹਿੰਦੇ ਨਹੀਂ ਨਾ ਸ਼ਾਹ ਕੁਕਮਾਰ ਹੈ ਨਾ ਰਾਜੇ ਦਾ ਪੁੱਤਰ ਹੈ, ਗੱਲ ਖਤਮ, ਨਾ ਨਰ ਹੈ ਨਾ ਨਾਰ ਹੈ, ਗੱਲ ਤਾਂ ਇੱਥੇ ਹੀ ਖਤਮ ਹੋ ਗਈ, ਵੈਸੇ ਇਹ ਤਾਂ ਸਾਰੇ ਨਰ ਨਾਰ ਨੇ। ਖੈਰ ਇੱਦਾਂ ਹੀ ਦਰਸ਼ਨ ਸਿੰਘ ਨੂੰ ਵੀ ਲੋਕਾਂ ਨੇ ਇੱਦਾਂ ਟੌਂਟ ਮਾਰੇ ਹਨ, ਅਤੇ ਬਜਾਏ ਇਸ ਦੇ ਕਿ ਉਹ ਖੋਜ ਕਰਦਾ ਸ਼ਰਧਾ ਨਾਲ, ਉਹਨੇ ਕੀ ਬਖੇੜਾ ਹੀ ਖੜਾ ਕਰ ਦਿੱਤਾ। ਇੱਕ ਇੱਕ ਜੋਕ ਹੈ, ਕਹਿੰਦੇ ਕਿਸੇ ਬੰਦੇ ਦੇ ਕਿਸੇ ਨੇ ਥੱਪੜ ਮਾਰਿਆ, ਉਹਨੇ ਕਿਹਾ ਅੱਛਾ ਤੂੰ ਮੇਰੇ ਥੱਪੜ ਮਾਰਿਆ, ਬਈ ਘਰਵਾਲੀ ਦੇ ਮਾਰ ਕੇ ਦਿਖਾ, ਉਹਨੇ ਉਹਦੇ ਵੀ ਮਾਰਤਾ, ਕਹਿੰਦਾ ਹੁਣ ਮੇਰੇ ਵੱਡੇ ਪੁੱਤ ਦੇ ਮਾਰ ਕੇ ਦਿਖਾ, ਫਿਰ ਮੰਨੂ ਤੈਨੂੰ, ਅਤੇ ਉਹਨੇ ਉਹਦੇ ਵੀ ਮਾਰਤਾ, ਕਰ ਕਰਾ ਕੇ ਜੀ ਉਹਨੇ ਸਾਰਾ ਟੱਬਰ ਕਟਵਾਤਾ। ਅਤੇ ਕਹਿੰਦਾ ਇਹ ਕੀ ਗੱਲ ਹੋਈ, ਕਹਿੰਦਾ ਚੱਲ ਹੁਣ ਮੈਨੂੰ ਘਰੇ ਜਾ ਕੇ ਇਹ ਤਾਂ ਨਹੀਂ ਕਹਿਣਗੇ ਵੀ ਤੂੰ ਥੱਪੜ ਖਾ ਕੇ ਘਰ ਨੂੰ ਮੁੜਿਆ ਆ,
ਇਹੀ ਗੱਲ ਆ। ਹੁਣ ਦਰਸ਼ਨ ਸਿੰਘ ਨੇ ਜਿੰਨੇ ਵੀ ਇਹਦੇ ਫੋਲੋਅਰ ਨੇ, ਜ਼ਿਆਦਾਤਰ ਲੋਕ ਦਿੱਲੀ ਦੇ ਵਿੱਚ ਸੀਗੇ ਇਹਦੇ ਫੋਲੋਅਰ ਵੈਸੇ, ਉਹ ਸਭ ਨੂੰ ਹੀ ਇਹਨਾਂ ਇਹਨੇ ਇਸ ਨਿੰਦਿਆ ਦੇ ਵਿੱਚ ਸ਼ਾਮਿਲ ਕਰ ਲਿਆ। ਹੁਣ ਕੱਲ੍ਹ ਨੂੰ ਜੇ ਇਹ ਹੁਣ ਬਹਿਸ ਸਿੱਧ ਹੋ ਚੁੱਕਿਆ ਹੈ ਕਿ ਬਿਲਕੁਲ ਹੀ ਗਲਤ ਨੇ ਇਹ, ਪਰ ਘੱਟੋ ਘੱਟ ਹੁਣ ਇੱਕ ਦੂਜੇ ਨੂੰ ਇਹ ਕਹਿ ਨਹੀਂ ਸਕਦੇ, ਇਹਨਾਂ ਦੀ ਇੱਜ਼ਤ ਬਚੀ ਹੋਈ ਆ। ਉਹ ਕਹਿੰਦੇ ਨੇ ਪ੍ਰੋਫੈਸਰ ਆ ਤੂੰ ਕਿਹਾ ਸੀਗਾ, ਉਹ ਕਹਿੰਦਾ ਜੇ ਮੈਂ ਕਿਹਾ ਸੀ ਤੁਸੀਂ ਤਾਂ ਪੜ੍ਹੇ ਲਿਖੇ ਸੀ। ਖੈਰ ਗੱਲ ਇਹ ਹੈ ਵੀ ਇਹਨਾਂ ਨੇ ਬਖੇੜਾ ਇਹ ਕਿਸ ਗੱਲ 'ਤੇ ਪਾਇਆ ਹੈ, ਮਹਾਕਾਲ ਕਾਲਕਾ ਆਦਿ। ਦੇਖੋ ਜਪਜੀ ਸਾਹਿਬ ਦੇ ਵਿੱਚ ਆਪਣੇ ਇੱਕ ਚਾਰ ਇਹ ਜਦੋਂ ਆਪਣੇ ਸ਼ੁਰੂ ਹੁੰਦਾ ਜਪਜੀ ਸਾਹਿਬ ਦੇ ਪਹਿਲੇ ਹੀ ਜਿਹੜੇ ਵਾਕ ਨੇ ਦੋ, ਉਹ ਪੜ੍ਹ ਲਓ। ਆਦਿ ਸੱਚ ਜੁਗਾਦਿ ਸੱਚ ਹੈਪੀ ਸੱਚ ਨਾਨਕ ਹੋ ਸੀਪੀ ਸੱਚ। ਹੁਣ ਵਿਚਿੱਤਰ ਨਾਟਕ ਲਿਖਣ ਤੋਂ ਪਹਿਲਾਂ ਗੁਰੂ ਗੋਬਿੰਦ ਸਿੰਘ ਜੀ ਨੇ ਅਕਾਲ ਦੀ ਆਰਾਧਨਾ ਕੀਤੀ ਅਤੇ ਉਹਦੇ ਬਾਅਦ ਵਿੱਚ ਅਕਾਲ ਉਸਤਤ ਦੀ ਬਾਣੀ ਜਿਹੜੀ ਹੈ, ਅਕਾਲ ਦੀ ਉਸਤਤ ਜੇ ਤੁਸੀਂ ਪੜ੍ਹੋ ਉਹਦੇ 'ਚ ਪਹਿਲੇ ਆਪਾਂ ਦੇਖੋ ਵੀ ਚਾਰ ਵਾਕ ਜਿਹੜੇ ਨੇ ਉਹ ਕਿਹੜੇ ਹਨ। ਨਮਸਕਾਰ ਸ੍ਰੀ ਖੜਗ ਕੋ, ਕਰੋ ਸੁਹਿਤ ਚਿਤ ਲਾਏ, ਪੂਰਨ ਕਰੋ ਗ੍ਰੰਥ ਇਹ ਤੁਮ ਮੈਂ ਕਰੋ ਸਹਾਏ, ਤਿਰਭੰਗੀ ਚੰਦ ਸ੍ਰੀ ਕਾਲਜ ਕੀ ਉਸਤਤ। ਸ੍ਰੀ ਖੜਗ, ਖੜਗ ਕੇਤ, ਖੜਗ ਤੋਂ ਭਾਵ ਹੈ ਇਹ ਬ੍ਰਹਿਮੰਡ, ਪਰਮਾਤਮਾ ਦੀ ਰਚਨਾ। ਖੰਡਾ ਵੀ ਆਉਂਦਾ ਹੈ, ਖੰਡੇ ਇਸ ਸ੍ਰਿਸ਼ਟ ਨੂੰ ਖੰਡਾ ਵੀ ਕਿਹਾ ਗਿਆ ਹੈ, ਖੰਡਾ ਪ੍ਰਿਥਮੈ ਸਾਜ ਕੇ। ਖੰਡ ਤੋਂ ਭਾਵ ਹੈ ਹਿੱਸਾ, ਜਾਇਦਾਦ, ਪ੍ਰੋਪਰਟੀ। ਤੇ ਉਸ ਪ੍ਰਭੂ ਨੂੰ ਨਮਸਕਾਰ ਕਰਕੇ ਫਿਰ ਸ੍ਰੀ ਕਾਲ, ਕਾਲ ਤੋਂ ਭਾਵ ਹੈ ਸਮਾਂ, ਵਕਤ। ਫਿਰ ਸ੍ਰੀ ਦਾ ਮਤਲਬ ਹੁੰਦਾ ਹੈ ਮਾਲਕ, ਤੇ ਉਹ ਵਕਤ ਦਾ ਇਸ ਸ੍ਰਿਸ਼ਟੀ ਦਾ ਮਾਲਕ ਹੈ। ਤੇ ਸ੍ਰੀ ਕਾਲ ਦੀ ਉਸਤਤ ਫਿਰ ਆਰੰਭ ਕੀਤੀ ਹੈ। ਜੇ ਤੁਸੀਂ ਅਕਾਲ ਉਸਤਤ ਦੀ ਬਾਣੀ ਦੇਖੋ ਤਾਂ ਜਦੋਂ ਜਿੱਥੇ ਅਕਾਲ ਉਸਤਤ ਦਾ ਪਾਠ ਸੰਪੂਰਨ ਹੁੰਦਾ ਹੈ ਉੱਥੇ ਆਖਰੀ ਸਾਰੀ ਉਹ ਚਾਰ ਪਦਾਂ ਦੇ ਵਿੱਚ ਹੈ, ਪਰ ਆਖਰੀ ਜੋ ਵਾਕ ਹੈ ਉਹ ਸਿਰਫ ਦੋ ਪਦ ਹੀ ਹਨ, ਕਿਉਂਕਿ ਉਹ ਅਧੂਰਾ ਛੱਡ ਦਿੱਤਾ। ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਸੀ ਕਿ ਅਕਾਲ ਦੀ ਉਸਤਤ ਕੀਤੀ ਨਹੀਂ ਜਾ ਸਕੀ ਸਕਦੀ, ਇਸ ਕਰਕੇ ਉਹ ਅਧੂਰਾ ਛੱਡ ਦਿੱਤਾ। ਅਤੇ ਉਹਨਾਂ ਨੇ ਮਹਿਮਾ ਕੀਤੀ ਹੈ, ਗਾਈ ਹੈ, ਉਹ ਸਾਡੇ ਗਾਉਣ ਵਾਸਤੇ ਅਤੇ ਕਰਨ ਵਾਸਤੇ ਲਿਖੀ ਹੈ, ਪਰ ਵੈਸੇ ਕੀਤੀ ਨਹੀਂ ਜਾ ਸਕਦੀ ਕਿਉਂਕਿ ਪਰਮਾਤਮਾ ਬੇਅੰਤ ਹੈ। ਇਹ ਤੁਸੀਂ ਨੋਟ ਕਰ ਸਕਦੇ ਹੋ, ਅਕਾਲ ਉਸਤਤ ਦੀ ਬਾਣੀ ਜਿੱਥੇ ਸੰਪੂਰਨ ਹੁੰਦੀ ਹੈ ਉੱਥੇ ਆਖਰੀ ਪਦ ਅਧੂਰਾ ਛੱਡਿਆ ਗਿਆ ਹੈ। ਉਹ ਜਾਣ ਕੇ ਗੁਰੂ ਗੋਬਿੰਦ ਸਿੰਘ ਜੀ ਨੇ ਇਹ ਛੱਡਿਆ ਹੈ ਅਤੇ ਕਿਹਾ ਸੀ ਉਸ ਵੇਲੇ ਕਿ ਉਹ ਅਕਾਲ ਪੁਰਖ ਦੀ ਉਸਤਤ ਕੋਈ ਵੀ ਨਹੀਂ ਕਰ ਸਕਦਾ, ਉਹ ਬੇਅੰਤ ਹੈ ਪਰਮਾਤਮਾ। ਜ਼ਿਆਦਾਤਰ ਧਾਰਮਿਕ ਗ੍ਰੰਥ ਜਿੱਦਾਂ ਵੇਦ ਹਨ ਉਹ ਵੀ ਨੇਤ ਨੇਤ ਕਹਿੰਦੇ ਹੀ ਖਤਮ ਹੋਏ ਹਨ ਕਿ ਜੋ ਅਸੀਂ ਲਿਖਿਆ ਹੈ ਇਹ ਸਾਰਾ ਸਹੀ ਨਹੀਂ ਹੈ, ਇਹ ਤੋਂ ਵੀ ਵੱਧ ਹੈ ਪਰਮਾਤਮਾ, ਕਿਤੇ ਜ਼ਿਆਦਾ ਵੱਧ ਹੈ। ਖੈਰ ਰੱਛਾ ਤੋਂ ਮਤਲਬ, ਜਾਂ ਰੱਛਾ ਤੋਂ ਮਤਲਬ ਹੁੰਦਾ ਹੈ ਕਿ ਮੇਰੇ ਪ੍ਰਾਣਾਂ ਦਾ ਆਧਾਰ ਉਹ ਹੈ, ਉਹਦੇ ਕਰਕੇ ਹੀ ਮੈਂ ਹਾਂ। ਹੁਣ ਅਕਾਲ ਪੁਰਖ ਕੀ ਰੱਛਾ ਹਮਨੇ, ਸਰਬ ਲੋਹ ਕੀ ਰੱਛਿਆ ਹਮਨੇ, ਸਰਬ ਕਾਲ ਜੀ ਦੀ ਰੱਛਿਆ ਹਮਨੇ, ਸਰਬ ਲੋਹ ਜੀ ਦੀ ਸਦਾ ਰੱਛਿਆ ਹਮਨੇ। ਜਿਸ ਅਰਥਾਤ ਜੋ ਜਪਜੀ ਸਾਹਿਬ ਦੇ ਅਨੁਕੂਲ ਨਹੀਂ ਹਨ ਆਪਾਂ ਉਹਨਾਂ ਨੂੰ ਕਦੇ ਵੀ ਸੱਚ ਨਹੀਂ ਮੰਨ ਸਕਦੇ, ਕਿਉਂਕਿ ਜਪਜੀ ਸਾਹਿਬ ਹੀ ਸਾਰੀ ਗੁਰਬਾਣੀ ਦਾ ਚਾਹੇ ਦਸਮ ਗ੍ਰੰਥ ਦਾ ਆਧਾਰ ਹੈ। ਹੁਣ ਇੱਥੇ ਵੀ ਉਹੀ ਗੱਲ ਹੈ, ਅਕਾਲ ਪੁਰਖ ਜੋ ਜਪਜੀ ਸਾਹਿਬ ਦੇ ਵਿੱਚ ਆਦਿ ਸੱਚ ਜੁਗਾਦਿ ਸੱਚ ਹੈਪੀ ਸੱਚ ਨਾਨਕ ਹੋ ਸੀਪੀ ਸੱਚ, ਉਹ ਪਰਮਾਤਮਾ ਦੇ ਬਾਰੇ ਲਿਖਿਆ ਹੈ। ਉਹੀ ਚਾਰ ਚੀਜ਼ਾਂ ਇੱਥੇ ਵੀ ਲਿਖੀਆਂ ਹਨ ਕਿ ਮੇਰਾ ਆਦਿ ਪ੍ਰਭੂ ਹੈ, ਅਤੇ ਜੁਗਾਦਿ ਸੱਚ, ਜੁਗਾਦ ਤੋਂ ਮਤਲਬ ਹੈ ਕਿ ਇਹ ਇੱਕ ਆਰਜੂ ਹੈ ਹਰ ਇੱਕ ਚੀਜ਼ ਦੀ, ਅਤੇ ਉਹ ਜਿੰਨੀ ਵੀ ਆਰਜੂ ਹੈ ਉਹ ਉਸੇ ਕਰਕੇ ਹੀ ਹੈ, ਇਹ ਸ੍ਰਿਸ਼ਟੀ ਦੀ ਜਿੰਨੀ ਵੀ ਉਮਰ ਹੈ ਉਹ ਉਹਦੇ ਕਰਕੇ ਹੀ ਹੈ, ਥਰੂ ਆਊਟ ਉਹੀ ਆਧਾਰ ਹੈ। ਹੁਣ ਪਰਮਾਤਮਾ ਦੇ ਤਿੰਨ ਗੁਣ ਮੰਨਦੇ ਹਨ ਕਿ ਰਚਦਾ ਹੈ, ਪਾਲਦਾ ਹੈ ਅਤੇ ਨਾਸ਼ ਕਰਦਾ ਹੈ। ਜਿੱਥੇ ਸਰਬ ਲੋਹ ਲਿਖਿਆ ਹੁੰਦਾ ਹੈ ਉਹਦਾ ਮਤਲਬ ਨਾਸ਼ ਕਰਨ ਵਾਲਾ ਉਹ ਸਮਰੱਥ ਹੈ, ਉਹ ਹਰ ਇੱਕ ਦਾ ਅੰਤ ਹੈ। ਅਤੇ ਜਿੱਥੇ ਕਾਲ ਲਿਖਿਆ ਹੁੰਦਾ ਹੈ ਇਹਦਾ ਮਤਲਬ ਸਮਾਂ ਹੈ, ਸ੍ਰੀ ਕਾਲ ਜਾਂ ਸਰਬ ਕਾਲ ਮਤਲਬ ਉਸ ਸਮੇਂ ਦਾ ਮਾਲਕ। ਸਰਬ ਕਾਲ ਦਾ ਮਤਲਬ ਇਹ ਵੀ ਹੈ ਕਿ ਤਿੰਨਾਂ ਕਾਲਾਂ ਦੇ ਵਿੱਚ ਸਾਰੇ ਵਕਤ, ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ, ਹੈਗਾ ਵੀ ਹੁਣ, ਸਰਬ ਕਾਲ ਜੀ ਦੀ ਰੱਛਿਆ ਹਮਨੇ ਵੀ ਹੁਣ,
ਹਰ ਪਲ ਪਲ ਮੈਨੂੰ ਉਸੇ ਦਾ ਹੀ ਆਧਾਰ ਹੈ, ਸਰਬ ਲੋਕ ਜੀ ਦੀ ਸਦਾ ਰਚਿਆ ਹਮੇ ਹੈ ਹੋਸੀ ਵੀ ਸੱਚ, ਆਉਣ ਵਾਲੇ ਟਾਈਮ ਦੇ ਵਿੱਚ ਵੀ ਮੈਨੂੰ ਉਸੇ ਦਾ ਹੀ ਆਧਾਰ ਰਹੇਗਾ, ਸਰਬ ਲੋਕ ਜੀ ਦੀ ਸਦਾ ਰਚਿਆ ਹਮਨੇ, ਇਹਦਾ ਮਤਲਬ ਇਹ ਹੈ। ਅਤੇ ਜੇ ਜਪਜੀ ਸਾਹਿਬ ਦੇ ਉੱਤੇ ਅਰਥ ਅਨੁਕੂਲ ਨਹੀਂ ਹੁੰਦੇ ਕਿਸੇ ਵੀ ਚੀਜ਼ ਦੇ, ਉਹਨੂੰ ਆਪਾਂ ਨਹੀਂ ਮੰਨ ਸਕਦੇ। ਹੁਣ ਇਹ ਗੱਲ ਕਰਦੇ ਹਨ ਮਹਾਂਕਾਲ ਕਾਲਕਾ ਆਰਾਧੀ ਦੇ ਉੱਤੇ, ਸਭ ਤੋਂ ਵੱਧ ਇਹਨਾਂ ਦੇ ਪਖੇੜਾ ਹੋਇਆ ਹੋਇਆ। ਮਹਾਂਕਾਲ, ਜਦੋਂ ਚੀਜ਼ ਕੋਈ ਨਿਰੰਤਰ ਹੋ ਜਾਂਦੀ ਹੈ ਤਾਂ ਉਹਨੂੰ ਮਹਾਂ ਕਿਹਾ ਜਾਂਦਾ ਹੈ, ਬਹੁਤ ਵੱਡੀ ਹੋ ਜਾਂਦੀ ਹੈ। ਹੁਣ ਅਕਾਲ ਪੁਰਖ ਵੀ ਕਿਹਾ ਹੈ, ਸਰਬ ਕਾਲ ਵੀ ਕਿਹਾ ਹੈ, ਮਹਾਂਕਾਲ ਵੀ ਕਿਹਾ ਹੈ, ਕਾਲ ਦਾ ਵੀ ਕਾਲ। ਆਹ ਆਪ ਸਕਰੀਨ 'ਤੇ ਸ਼ਬਦ ਸਾਰੇ ਪੜ੍ਹ ਸਕਦੇ ਹੋ, ਇਹਦੇ 'ਚ ਡੈਫੀਨੇਸ਼ਨਾਂ ਸਾਫ਼ ਕੀਤੀਆਂ ਹੋਈਆਂ ਹਨ, ਕੋਈ ਇੱਕ ਅੱਧੀ ਵਾਰ ਨਹੀਂ ਆਇਆ। ਮੈਂ ਪਹਿਲਾਂ ਵੀ ਬੇਨਤੀ ਕੀਤੀ ਸੀ ਕਿ ਸੰਪੂਰਨ ਗੁਰਬਾਣੀ ਦੇ ਉੱਤੇ, ਕਿਉਂਕਿ ਗੁਰਬਾਣੀ ਦੇ ਵਿੱਚ ਕਿਤੇ ਵੀ ਕੌਂਟਰਾਡਿਕਸ਼ਨ ਨਹੀਂ ਹੈ, ਆਦਿ ਗ੍ਰੰਥ ਅਤੇ ਦਸਮ ਗ੍ਰੰਥ ਦੇ ਵਿੱਚ ਵੀ ਕੋਈ ਵੀ ਕੌਂਟਰਾਡਿਕਸ਼ਨ ਨਹੀਂ ਹੈ, ਉਹਦੇ ਅਰਥ ਇੱਥੇ ਮਿਲ ਜਾਣਗੇ, ਇਹਦੇ ਅਰਥ ਉੱਥੇ ਮਿਲ ਜਾਣਗੇ। ਜੇ ਆਪਣੇ ਪੂਰੀ ਗੁਰਬਾਣੀ 'ਤੇ ਅਰਥ ਸਹੀ ਨਿਕਲਦੇ ਤਾਂ ਮਤਲਬ ਹਲੇ ਪੂਰੀ ਸਟੱਡੀ ਨਹੀਂ ਕੀਤੀ, ਅਤੇ ਜਿਹੜੇ ਹਰ ਕਿਤੇ ਅਰਥ ਸਹੀ ਪੂਰੇ ਢੁੱਕਦੇ ਨਹੀਂ ਹੈ, ਤੁਸੀਂ ਨਹੀਂ ਕੱਢ ਸਕਦੇ। ਮਹਾਂਕਾਲ ਦੀ ਗੱਲ ਜਿਹੜੀ ਹੈ ਬਹੁਤ ਵਾਰ ਕੀਤੀ, ਅਕਾਲ ਪੁਰਖ ਦੀ ਪਰਮਾਤਮਾ ਦੀ ਗੱਲ ਕੀਤੀ ਗਈ ਹੈ, ਮਹਾਂਕਾਲ ਕਾਲਕਾ ਆਰਾਧੀ। ਹੁਣ ਦੇਵ ਕਾਲਕਾ ਲਫ਼ਜ਼ ਵਰਤਿਆ ਗਿਆ ਹੈ। ਹੁਣ ਦੇਖੋ ਆਪਾਂ ਜਪਜੀ ਸਾਹਿਬ 'ਤੇ ਵਾਪਸ ਚੱਲਦੇ ਹਾਂ। ਕਹਿੰਦੇ ਹਾਂ ਮਹਾਂਕਾਲ ਹੈ ਪਿਤਾ ਹਮਾਰਾ, ਦੇਵ ਕਾਲਕਾ ਮਾਤਾ ਹਮਾਰਾ। ਹੁਣ ਇਹ ਲੋਕ ਕਲਕੱਤੇ ਵਾਲੀ ਕਾਲੀ ਦੀ ਗੱਲ ਕਰੀ ਜਾਂਦੇ ਨੇ, ਕਹਿੰਦੇ ਲਓ ਜੀ ਗੁਰੂ ਗੋਬਿੰਦ ਸਿੰਘ ਜੀ ਕਲਕੱਤੇ ਵਾਲੀ ਕਾਲੀ ਨੂੰ, ਆਪਣੇ ਕਾਲੀ ਦੇਵੀ ਨੂੰ ਮਾਂ ਕਿਵੇਂ ਮੰਨਣਗੇ। ਹੁਣ ਗੁਰੂ ਸਾਹਿਬ ਤਾਂ ਕਹਿੰਦੇ ਹਨ ਕਾਲ ਪੁਰਖ ਕੀ ਦੇਹ ਮੋ ਕੋਟਕ ਵਿਸ਼ਨ ਮਹੇਸ਼, ਸਕਲ ਪ੍ਰਜਾ ਜੇ ਨਾਪ ਸਵਾਰੀ ਸਵਾਰੀ ਨਮਸਕਾਰ ਤਿਸੀ ਕੋ ਮਾਰੀ, ਆਦਿ ਅੰਤ ਇੱਕ ਹੈ ਅਵਤਾਰਾ, ਸੋਈ ਗੁਰੂ ਸਮਝੀਏ ਹਮਾਰਾ। ਹੁਣ ਇਹ ਕਾਲਕਾ ਨੂੰ ਆਪਣੀ ਮਾਤਾ ਕਿਉਂ ਕਹਿਣਗੇ? ਦੂਜੀ ਗੱਲ ਜੇ ਤੁਸੀਂ ਬਾਇਓਲੋਜੀਕਲੀ ਵੀ ਦੇਖ ਲਓ, ਮਾਤਾ ਗੁਜਰੀ ਦੇ ਲਾਲ ਸੀ, ਉਹ ਗੁਰੂ ਤੇਗ ਬਹਾਦਰ ਜੀ ਉਹਨਾਂ ਦੇ ਪਿਤਾ ਸੀ। ਫਿਰ ਇਹ ਜਿਹੜੀਆਂ ਗੱਲਾਂ ਨੇ ਉਸ ਵਕਤ ਦੇ ਵਿੱਚ ਵੀ ਕੋਈ ਇੱਦਾਂ ਦਾ ਕੋਈ ਪਰੂਫ ਨਹੀਂ ਮਿਲਦਾ, ਉਹਦੇ ਬਾਰੇ ਗੱਲ ਹੀ ਨਹੀਂ ਹੈ, ਐਵੇਂ ਲੋਕ ਇਹਦਾ ਇਹ ਗਲਤ ਮਤਲਬ ਕੱਢੀ ਜਾਂਦੇ ਹਨ। ਇਹਨਾਂ ਨੇ ਸਾਫ਼ ਗੱਲ ਲਿਖੀ ਹੈ ਕਿ ਮਹਾਂਕਾਲ ਜੋ ਕਾਲ ਦਾ ਵੀ ਕਾਲ ਹੈ, ਜੋ ਇਸ ਸਮੇਂ ਦੇ ਸਾਈਕਲ ਤੋਂ ਚੱਕਰ ਤੋਂ ਪਰੇ ਹੈ, ਉਹ ਮੇਰਾ ਪਿਤਾ ਹੈ, ਉਹ ਸਭ ਦਾ ਹੀ ਪਿਤਾ ਹੈ। ਦੂਸਰੀ ਗੱਲ, ਕਿਉਂਕਿ ਇਹ ਬ੍ਰਹਿਮੰਡ ਰਚਿਆ ਗਿਆ ਹੈ, ਜੋ ਬ੍ਰਹਿਮੰਡੇ ਸੋਈ ਪਿੰਡੇ, ਜੋ ਬ੍ਰਹਿਮੰਡ ਦੇ ਵਿੱਚ ਹੋ ਰਿਹਾ ਆਪਣੇ ਪਿੰਡੇ ਦੇ ਵਿੱਚ ਸਰੀਰ ਦੇ ਵਿੱਚ ਵੀ ਹੋ ਰਿਹਾ ਹੈ, ਸਾਡਾ ਜਿਹੜਾ ਸਰੀਰ ਹੈ ਇਸ ਸ੍ਰਿਸ਼ਟੀ ਤੋਂ ਇਸ ਤੋਂ ਮਿਲਿਆ ਹੈ, ਇਸ ਕਰਕੇ ਗੁਰਬਾਣੀ ਦੇ ਵਿੱਚ ਕਿਹਾ ਹੈ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ। ਤਾਂ ਇੱਥੇ ਹੁਣ ਧਰਤੀ ਨੂੰ ਵੀ ਮਾਤਾ ਕਿਹਾ ਹੈ, ਸਰੀਰ ਇਸ ਧਰਤੀ ਤੋਂ ਆਇਆ ਹੈ, ਉੱਥੇ ਹੀ ਚਲਾ ਜਾਂਦਾ ਹੈ। ਪਰ ਇੱਥੇ ਜਿਹੜੀ ਕਾਲਕਾ ਦੀ ਗੱਲ ਕੀਤੀ ਹੈ ਗੁਰੂ ਗੋਬਿੰਦ ਸਿੰਘ ਜੀ ਨੇ, ਆਪਾਂ ਫਿਰ ਜਪਜੀ ਸਾਹਿਬ ਦੇ ਵਿੱਚ ਵਾਪਸ ਜਾਂਦੇ ਹਾਂ, ਉੱਥੇ ਦੇਖੋ ਮਾਈ ਦੀ ਗੱਲ ਕੀਤੀ ਗਈ, ਏਕਾ ਮਾਈ ਜੁਗਤ ਵਿਆਹੀ ਤਿੰਨ ਚੇਲੇ ਪ੍ਰਵਾਨ। ਹੁਣ ਇੱਥੋਂ ਗੱਲ ਸਾਫ਼ ਹੋ ਗਈ, ਇੱਕ ਪਰਮਾਤਮਾ ਤੋਂ ਬਿਨਾਂ ਹੋਰ ਕਿਸੇ ਦੀ ਗੱਲ ਨਹੀਂ ਹੈ, ਨਾ ਹੀ ਗੁਰੂ ਗੋਬਿੰਦ ਸਿੰਘ ਜੀ ਨੇ ਕੀਤੀ ਹੈ, ਨਾ ਹੀ ਗੁਰੂ ਨਾਨਕ ਦੇਵ ਜੀ ਨੇ, ਨਾ ਹੀ ਕਿਸੇ ਹੋਰ ਭਗਤ ਨੇ। ਇਹ ਉਹੀ ਏਕਾ ਮਾਈ ਦੀ ਗੱਲ ਹੈ ਕਿ ਇਹ ਸ੍ਰਿਸ਼ਟੀ ਹੈ, ਇਹਦਾ ਮਾਲਕ ਹੈ ਪਰਮਾਤਮਾ, ਇਸ ਸ੍ਰਿਸ਼ਟੀ ਨੂੰ ਮਾਈ ਕਿਹਾ ਹੈ, ਅਤੇ ਇਹ ਤੋਂ ਹੀ ਸਾਡਾ ਸਰੀਰ ਆਇਆ ਹੈ, ਸਰੀਰ ਦੀ ਗੱਲ ਹੈ, ਅਤੇ ਜੋ ਪਰਮ ਪਿਤਾ ਪਰਮੇਸ਼ਰ ਹੈ, ਜਿਸ ਤੋਂ ਜੋ ਸਾਡੀ ਰੂਹ ਦਾ ਪਿਤਾ ਹੈ, ਉਹਦੀ ਗੱਲ ਹੈ। ਮਹਾਂਕਾਲ ਹੈ ਪਿਤਾ ਹਮਾਰਾ, ਦੇਵ ਕਾਲ ਕਾ ਮਾਤ ਹਮਾਰਾ, ਕੋਈ ਕਾਲੀ ਦੇਵੀ ਦੀ ਗੱਲ ਨਹੀਂ ਹੈ। ਜੇ ਕਹੀ ਹੁੰਦੀ ਫਿਰ ਗਾਹਾਂ ਕਾਲੀ ਅਤੇ ਲਫ਼ਜ਼ ਵਰਤਿਆ ਹੀ ਕਾਲੀ ਹੈ, ਭੱਦਰ ਕਾਲੀ ਵਰਤਿਆ ਹੈ, ਕਾਲਕਾ ਕਿਤੇ ਨਹੀਂ ਵਰਤਿਆ। ਜਦੋਂ ਵਰਤਿਆ ਹੈ ਉਦੋਂ ਕਾਲਕਾ ਵਰਤਿਆ ਹੈ, ਲੱਲੇ ਨੂੰ ਸਿਹਾਰੀ ਨਹੀਂ ਪਾਈ, ਅਤੇ ਜਦੋਂ ਲੱਲੇ ਨੂੰ ਸਿਹਾਰੀ ਪਾਈ ਹੈ ਉਦੋਂ ਪਰਮਾਤਮਾ ਅਤੇ ਉਹਦੀ ਸ੍ਰਿਸ਼ਟੀ ਦੀ ਗੱਲ ਹੈ। ਮਹਾਂਕਾਲ ਕਾਲ ਦੇ ਚੱਕਰ ਤੋਂ ਪਰੇ, ਇਹ ਵੀਡੀਓ ਰਿਵਾਇੰਡ ਕਰ ਲਓ, ਮੈਂ ਕਿੰਨੇ ਸ਼ਬਦ ਲੱਭੇ ਹਨ ਦਸਮ ਗ੍ਰੰਥ ਦੇ ਵਿੱਚੋਂ, ਉਹਨਾਂ ਦੀਆਂ ਫੋਟੋਆਂ ਸਕਰੀਨ 'ਤੇ ਆ ਰਹੀਆਂ ਹਨ, ਤੁਸੀਂ ਖੁਦ ਪੜ੍ਹ ਲਓ। ਸੋ ਇਸ ਕਰਕੇ ਪ੍ਰੋਫੈਸਰ ਦਰਸ਼ਨ ਸਿੰਘ ਨੇ, ਵੈਸੇ ਤਾਂ ਸ਼ਰਮ ਵਾਲੀ ਗੱਲ ਹੈ ਕਿ ਪ੍ਰੋਫੈਸਰ, ਦੂਜਾ ਉਹਦੀ ਉਮਰ ਕਿੰਨੀ ਹੈ, ਉਹ ਇੱਕ ਨਿੱਕੀ ਜਿਹੀ ਗੱਲ ਨਹੀਂ ਸਮਝ ਸਕਿਆ, ਉਹਨੇ ਕਿੰਨਾ ਭਟਕਾ ਦਿੱਤਾ। ਭਟਕਾ ਇਸ ਕਰਕੇ ਦਿੱਤਾ ਕਿਉਂਕਿ ਉਹ ਕੱਟੜ ਹੈ, ਉਹ ਹਿੰਦੂ ਨੂੰ ਦੇਖਿਆ ਨਹੀਂ ਲੋੜਦਾ, ਇੱਕ ਇਹੀ ਇੱਕ ਵਜ੍ਹਾ ਸੀ, ਬਾਕੀ ਸਭ ਬਹਾਨੇ ਸੀ। ਜੇ ਉਹਨਾਂ ਕੋਲੋਂ ਇੰਨੇ ਕੁ ਸਾਦੇ
ਜਿਹੜੇ ਅਰਥ ਨਹੀਂ ਹੋ ਸਕਦੇ, ਜਿਹੜੇ ਇੱਕ ਆਮ ਬੰਦਾ ਥੋੜ੍ਹਾ ਜਿਹਾ ਵੀ ਆਪਣੇ ਦਿਮਾਗ 'ਤੇ ਬੋਝ ਪਾਵੇ ਤਾਂ ਲੱਭ ਸਕਦਾ ਹੈ, ਅਰਥ ਗੁਰਬਾਣੀ ਵਿੱਚੋਂ ਖੋਜ ਸਕਦਾ ਹੈ, ਤਾਂ ਬਾਕੀ ਚਰਿੱਤਰ ਤਾਂ ਬਹੁਤ ਔਖੇ ਨੇ, ਉਹਨਾਂ ਦੇ ਅਰਥ ਉਹਨਾਂ ਨੇ ਕੀ ਕਰ ਲੈਣੇ ਸੀ। ਜਦੋਂ ਅਰਥ ਕਰ ਹੀ ਨਹੀਂ ਸਕਦੇ ਫਿਰ ਉਹਨੂੰ ਕ੍ਰਿਟੀਸਾਈਜ਼ ਹੀ ਕਰ ਦਊਗਾ। ਇਹ ਗੱਲ ਇਹ ਹੈ, ਬਥੇਰੀ ਆ ਉਹ ਭਗਤ ਕਰਾ ਲਈ ਇਹਨਾਂ ਨੇ ਅਤੇ ਇੱਦਾਂ ਹੀ ਕਰਾਈ ਆ, ਪਰ ਇਹਨਾਂ ਦੇ ਪਿੱਛੇ ਦੇਖੋ ਇਹਨਾਂ ਦੇ ਕਿਸੇ ਵੀ ਫੋਲੋਅਰ ਨੇ ਮੇਰੀ ਗੱਲ ਨੂੰ ਸੱਚ ਨਹੀਂ ਮੰਨਣਾ, ਖੁਦ ਖੁਦਾ ਵੀ ਆ ਜੇ ਉਹਦੀ ਵੀ ਗੱਲ ਨੂੰ ਸੱਚ ਨਹੀਂ ਮੰਨਣਾ, ਕਿਉਂਕਿ ਇਹ ਲੋਕ ਕੱਟੜ ਨੇ। ਕੱਟੜ ਇਸ ਕਰਕੇ ਨੇ ਕਿਉਂਕਿ 84 ਦੇ ਦੰਗਿਆਂ 'ਚ ਇਹਨਾਂ ਦੇ ਜਿਹੜੇ ਪੁਰਖ ਜਾਂ ਇਹਨਾਂ ਦੇ ਫੈਮਿਲੀ ਦੇ ਮੈਂਬਰ ਮਾਰੇ ਜਾ ਚੁੱਕੇ ਨੇ, ਉਹ ਹੁਣ ਇਹ ਉਸ ਚੀਜ਼ ਤੋਂ ਉੱਪਰ ਨਹੀਂ ਉੱਠਦੇ, ਨਹੀਂ ਉੱਠ ਸਕਦੇ ਇਹ, ਅਤੇ ਇਹ ਉਹਦੇ 'ਚ ਹੀ ਉਲਝ ਕੇ ਨਫ਼ਰਤ ਦੀ ਅੱਗ ਵਿੱਚ ਹੀ ਆਪਣਾ ਜੀਵਨ ਖਰਾਬ ਕਰਨਗੇ, ਹੋਰਾਂ ਨੂੰ ਨਾ ਬਖੇੜੇ ਖੜ੍ਹੇ ਕਰਨ, ਹੋਰ ਕੋਈ ਬੰਦਾ ਇਹਨਾਂ ਦੇ ਪਿੱਛੇ ਨਾ ਲੱਗੇ, ਇਸ ਕਰਕੇ ਮੈਂ ਵੀਡੀਓ ਪਾਉਂਦਾ ਹੁੰਦਾ। ਜੇ ਤੁਸੀਂ ਧਿਆਨ ਨਾਲ ਸਿੱਖ ਇਤਿਹਾਸ ਵੱਲ ਦੇਖੋ, ਪੰਜਵੀਂ ਪਾਤਸ਼ਾਹੀ ਨੂੰ ਸ਼ਹੀਦ ਕੀਤਾ ਜਹਾਂਗੀਰ ਨੇ, ਛੇਵੀਂ ਪਾਤਸ਼ਾਹੀ ਨਾਲ ਉਹਨਾਂ ਦੇ ਮਿੱਤਰਤਾ ਰਹੀ ਹੈ, ਨੌਵੀਂ ਪਾਤਸ਼ਾਹੀ ਨੂੰ ਮੁਗਲ ਰਾਜੇ ਨੇ ਸ਼ਹੀਦ ਕੀਤਾ, ਪਰ ਬਹਾਦਰ ਸ਼ਾਹ ਜਫਰ ਨਾਲ ਗੁਰੂ ਗੋਬਿੰਦ ਸਿੰਘ ਜੀ ਦੀ ਮਿੱਤਰਤਾ ਹੀ ਰਹੀ ਹੈ। ਇਹ ਲੋਕ ਨਫ਼ਰਤ ਦੀ ਅੱਗ ਤੋਂ ਉੱਪਰ ਨਹੀਂ ਉੱਠ ਸਕਦੇ, ਇਹ ਉਹਦੇ 'ਚ ਹੀ ਉਲਝਦੇ ਨੇ ਉਹ, ਕਿਉਂਕਿ ਦਰਸ਼ਨ ਸਿੰਘ ਵਰਗੇ ਬੰਦੇ ਇਹਨਾਂ ਦੀ ਕਮਜ਼ੋਰੀ ਜਾਣਦੇ ਨੇ, ਉਹ ਫਿਰ ਇਹ ਉਹੀ ਜਿਹੀਆਂ ਗੱਲਾਂ ਕਰਦੇ ਨੇ, ਇਹ ਲੋਕ ਖੁਸ਼ ਹੁੰਦੇ ਨੇ, ਕੋਈ ਭੋਲਾ ਬੰਦੇ ਇਹਨਾਂ ਦੇ ਪਿੱਛੇ ਲੱਗੂਗਾ। ਜੇ ਤੁਸੀਂ ਗੁਰਬਾਣੀ ਪੜ੍ਹੋਗੇ ਤਾਂ ਅੱਜ ਨਹੀਂ ਤਾਂ ਕੱਲ੍ਹ, ਕੱਲ੍ਹ ਨਹੀਂ ਤਾਂ ਪਰਸੋਂ ਤੁਹਾਨੂੰ ਆਪਣੇ ਆਪ ਅਰਥ ਖੁੱਲ੍ਹ ਜਾਣਗੇ। ਇੱਕ ਮਹਾਨ ਚੀਜ਼ ਦੀ ਨਿੰਦਿਆ ਕਰਦੇ ਨੇ ਇਹ ਲੋਕ, ਇਹਨਾਂ ਦੀ ਬੁੱਧੀ ਬਹੁਤ ਛੋਟੀ ਹੈ, ਦਸਮ ਗ੍ਰੰਥ ਬਹੁਤ ਵੱਡੀ ਚੀਜ਼ ਹੈ।